ਮਾਮਲਾ ਜੀ ਜਿਹੜਾ ਪ੍ਰਤਾਪਪੁਰ ਦੇ ਵਿੱਚ ਦੂਰੀ ਚੱਲ ਰਿਹਾ ਹੈ। ਇੱਥੇ ਇੱਕ ਮਨਪ੍ਰੀਤ ਹੈ ਮੁੰਡਾ ਪਿੰਡ ਦਾ, ਤੇ ਪਿੰਡ ਦਾ ਹੀ ਹੈ। ਤੋ ਦੋ ਜਣੇ ਆਏ ਮੁੰਡੇ, ਚਾਰ ਜਣੇ, ਉਹਦੇ ਨਾਲ ਝਗੜਾ ਹੋਇਆ ਤੇ ਉਹਨੂੰ ਫਾਇਰਿੰਗ ਕੀਤੀ ਅਤੇ ਗੋਲੀ ਉੱਤੇ ਮੋਢੇ 'ਚ ਲੱਗੀ। ਬਾਕੀ ਮੌਕੇ 'ਤੇ ਐਂ ਵੈਰੀਫਾਈ ਕਰ ਰਹੇ ਹਾਂ। ਸਰ ਕਿਉਂ ਚੱਲੀ, ਕਿਸ ਕਿਲੋ ਚੱਲੀ, ਕੋਈ ਕਾਰਨ ਪਤਾ ਚੱਲਿਆ ਜੀ? ਇਹ ਪਹੁੰਚ ਕੇ ਇੱਥੇ ਵੈਰੀਫਾਈ ਕਰ, ਇਨਵੈਸਟੀਗੇਸ਼ਨ ਕਰ ਰਹੇ ਹਾਂ, ਸਾਰਾ ਵੈਰੀਫਾਈ ਕਰ। ਕਿਹਨਾਂ ਵੱਲੋਂ ਚਲਾਈ ਗਈ ਸਰ ਕੋਈ? ਉਹ ਵੀ ਵੈਰੀਫਾਈ ਕਰ ਰਹੇ। ਕਿਹੜੇ? ਸੀਸੀਟੀਵੀ ਕੈਮਰਾ? ਹਾਂ, ਚੈੱਕ ਕਰ ਰਹੇ ਹਾਂ, ਸਾਰਾ ਕੁਝ ਚੈੱਕ ਕਰ ਰਹੇ। ਕਿੰਨੇ ਜਾਣੇ, ਕਿੰਨੇ ਫਾਇਰ ਕੱਢੇ ਸਰ? ਕਿੰਨੀਆਂ ਗੋਲੀਆਂ ਲੱਗੀਆਂ ਬੰਦੇ? ਦੋ ਖੋਲ ਮਿਲੇ ਆ, ਇੱਕੋ ਗੋਲੀ ਲੱਗੀ ਆ, ਖੋਲ ਦੋ ਮਿਲੇ। ਤੇ ਬੰਦੇ ਦੀ ਹਾਲਤ ਕਿਹੋ ਜੀ? ਬਿਲਕੁਲ ਠੀਕ ਹੈ, ਬਿਲਕੁਲ ਸਰ। ਮੋਢੇ ਇੱਥੇ ਪਾਂਝ ਲੱਗੀ, ਠੀਕ ਹੈ। ਹੋਸਪਿਟਲ ਪਹੁੰਚਾਇਆ ਗਿਆ ਸਰ? ਹੋਸਪਿਟਲ ਹੈ। ਮੇਰਾ ਨਾਮ ਤਰਲੋਕ ਸਿੰਘ ਹੈ। ਕੀ ਵਾਕਿਆ ਹੈ ਭਾਜੀ? ਵਾਕਿਆ ਤੁਹਾਡੇ ਸਾਹਮਣੇ ਵੇਖ ਲਓ, ਗੋਲੀਆਂ ਕਿੰਨੇ ਚੱਲ ਗਈਆਂ ਜੀ। ਕਿੰਨੇ ਪੈਰ ਕੱਢੇ ਗਏ? ਫੈਲ ਦੇ ਅਸੀਂ ਤਾਂ ਅੰਦਰ ਹਾਂ, ਬੱਚਿਆਂ ਨਾਲ ਆਪਣੇ ਡੈਂ ਖੇਡਣ ਮਿਲਣ। ਅੱਛਾ, ਹੁਣ ਤਾਂ ਫੈਲਾਂ ਦਾ ਪਤਾ ਨਹੀਂ। ਅੱਛਾ, ਅਤੇ ਬਾਕੀ ਇਹ ਪਹਿਲੋਂ ਮੇਰੀ ਇਹ ਗੱਲ ਸੁਣੋ ਵੀ ਜੇ ਕੱਲ੍ਹ ਨੂੰ ਮੈਨੂੰ ਕੋਈ ਗੋਲੀ ਮਾਰ ਗਿਆ ਤਾਂ ਫਿਰ ਕੌਣ ਜ਼ਿੰਮੇਵਾਰ ਹੋਊਗਾ ਜੇ ਮੈਂ ਬਿਆਨ ਦਿੰਦੇ ਹਾਂ ਉਹਨਾਂ ਦਾ? ਨਹੀਂ, ਝਗੜਾ ਕਿਉਂ? ਸਾਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ, ਇਹ ਤਾਂ ਮਿਹਨਤੀ ਬੰਦੇ ਹਨ, ਸਾਰਿਆਂ ਨੂੰ ਮਹੱਲੇ ਵਾਲਿਆਂ ਨੂੰ ਪੁੱਛੋ, ਇਹ ਮਿਹਨਤੀ ਬੰਦੇ ਹਨ, ਤਾਂ ਕਿਸੇ ਗੱਲ ਦਾ ਨਹੀਂ ਝਗੜਾ ਕੀ? ਪਤਾ ਲੱਗਾ ਕਿੰਨੇ ਚਲਾਈ ਗੋਲੀ? ਹੈਂ? ਗੋਲੀ ਕਿੰਨੇ ਚਲਾਈ? ਗੋਲੀ ਦਾ ਨਹੀਂ ਸਾਨੂੰ ਪਤਾ ਕੌਣ। ਝਗੜਾ ਕਿੰਨਾ ਦੇ ਨਾਲ? ਝਗੜਾ ਦਾ ਨਹੀਂ ਸਾਨੂੰ ਪਤਾ ਵੀ ਝਗੜਾ ਕੀ ਹੁੰਦਾ, ਆਪਣੇ ਦਿਹਾੜੀ ਦਰੋਂ ਆਏ ਹਾਂ। ਸਾਨੂੰ ਆਪਣੇ ਗੋਲੀ ਲੱਗੀ ਹੈ ਜੀ? ਗੋਲੀ ਲੱਗੀ ਮੰਨੂ ਦੇ ਮੰਨੂ ਨਾ? ਹਾਂਜੀ। ਕਿੰਨੀ ਉਮਰ ਹੈ ਜੀ? ਉਹਦੀ 17-18 ਸਾਲ ਉਮਰ ਹੈਗੀ ਜੀ। ਉਹਦੇ ਨਾਲ ਝਗੜਾ ਹੋਇਆ ਸੀ? ਨਾ ਨਾ, ਉਹਦੇ ਵਿਚਾਰ ਆਟਾ ਲੈ ਗਿਆ, ਆਟਾ ਲੈ ਕੇ ਆਉਂਦੇ ਰਸਤੇ 'ਚ ਗੋਲੀ ਮਾਰਤੀ? ਹਾਂਜੀ। ਨਹੀਂ, ਕੋਈ ਦੁਸ਼ਮਣੀ ਸੀ ਜਾਂ ਝਗੜਾ? ਦੁਸ਼ਮਣੀ ਦਸ਼ਮਣੀ ਸਾਨੂੰ ਮਹਾਰਾਜ ਅਸੀਂ ਤੇ ਦਿਹਾੜੀਦਾਰ ਬੰਦੇ ਸਾਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਕਿ ਦੁਸ਼ਮਣੀ ਕੀ ਆ, ਉਹਨਾਂ ਉਹ ਕੌਣ ਆ, ਸਾਨੂੰ ਇਹ ਵੀ ਨਹੀਂ ਪਤਾ। ਤੁਸੀਂ ਪਿੰਡ ਦੇ ਵਿੱਚ ਰਹਿੰਦੇ ਜੀ? ਅਸੀਂ ਪਿੰਡ ਦੇ ਹੀ ਹਾਂ। ਉਹ ਤੁਹਾਡਾ ਕੀ ਲੱਗਦਾ, ਲੜਕਾ ਜਿਹਨੇ ਗੋਲੀ? ਸਾਡੇ ਮੁਹੱਲੇ ਦਾ ਹੀ ਆ।